असलम मेरा नाम जैक मेरा YouTube चैनल पे सऊदी वीजा इनफो तो शुक्रिया अदा कर जोड़े मेरे नवे सब्सक्राइबर हैं जो भी लाइक कर दें शेयर भी कर रहे हैं और बाकी आने वाले जो नवे सबसक्राइबर ने मेरे उन्होंने वास्ते मैं वैलकम करना नवी कि मेरे इस चैनल लाजमी सबसक्राइब करो ये सऊदी अरब रिलेटिड हर एकमियो मिल सी और मैं नंबर वट्सअप इसे तो देना वीडियो या डिस्क्रिप्शन ताकि कोई बंदा ਕਾਲਸ ਕਰੋ ਨਾ ਏਜੰਟਾਂ ਕੋਲ ਬਾਤ ਕਰੇ ਵੇ ਜਿਹੜੇ ਜਿਹਨਾਂ ਕੋਲ ਪਹਿਲੇ ਲੱਖ ਲੱਖ ਰੁਪਏ ਦੇ ਕੇ ਬਦਨ ਜਾਂ 50 50 ਹਜ਼ਾਰ ਰੁਪਏ ਨੂੰ ਡਾਕੂਮੈਂਟਸ ਨਹੀਂ ਮਿਲ ਰਹਾ ਹੈ ਜਾਂ ਉਹ ਵੀਜ਼ੇ ਦੇ ਨਾਲ ਪ੍ਰੋਬਲਮ ਬਣ ਰਹਾ ਕੋਈ ਕੋਈ ਕਿਸੇ ਕਿਸਮ ਦੇ ਕੋਈ ਵੀ ਜਨ ਕਿ ਉਹਨਾਂ ਨੇ ਇੰਪੋਰਟਡ ਇਨਫੋਰਮੇਸ਼ਨ ਚਾਹੀਦੀ ਹੋਵੇ ਬਾਹਰ ਦੇ ਰਿਲੇਟਡ ਉਹ ਜ਼ਰੂਰ ਮੇਰੇ ਨਾਲ ਰਾਬਤਾ ਕਰੋ ਉਹ ਬਿਲਕੁਲ ਫ੍ਰੀ ਹੈ ਭਾਈ ਅਸੀਂ ਕੋਈ ਪੈਸੇ ਨਾ ਲੈਂਦੇ ਨਾ ਅਸੀਂ ਵੀਜ਼ਾ ਲਵਾਉਣ ਦੇ ਪੈਸੇ ਲੈਨੇ ਆ ਨਾ ਅਸੀਂ ਕੋਈ ਇਨਫੋਰਮੇਸ਼ਨ ਦੇਵਣ ਦੇ ਪੈਸੇ ਲੈਣਾ ਸਾਡਾ ਸਿਰਫ ਇਹ ਸਾਡੇ ਚੈਨਲ ਸਬਸਕ੍ਰਾਈਬ ਹੋ ਵਈਏ ਸਾਡੀ ਵੀਡੀਓ ਸ਼ੇਅਰ ਹੋ ਵਈਏ ਤਾਂ ਕਿ ਕਿਸ ਮੈਂ ਇਹ ਮਕਸਦ ਸਾਰਾ ਦੇਵਨ ਦਾ ਇਹ ਹੁੰਦਾ ਕਿ ਯਾਰ ਦੇਖੋ ਸਿੱਧਾ ਟਾਈਮ ਬਾਹਰ گزارਿਆ সৌদি ਅਰਬ ਦੇ ਵਿੱਚ ਹਰ ਚੀਜ਼ ਨੂੰ ਸਮਝਿਨੇ ਆ ਹਰ ਬੰਦੇ ਨੂੰ ਗਾਈਡ ਵੀ ਕਰਨੇ ਆ ਕਿ ਚੱਲ ਯਾਰ ਕਿਸ ਦਾ ਫਾਇਦਾ ਹੋਵਣ ਤੇਰਾ ਜਾ ਕੇ ਤਾਂ ਕਿ ਉੱਥੇ ਜਾ ਕੇ ਮੂਰੇ ਧਕੇ ਲੈਣ ਨਾ ਉਹ ਜਿਹੜਾ ਉੱਥੇ ਦ ਜਾ ਕੇ ਫਿਰ ਉੱਥੇ ਨਵੇਂ ਮਸਾਇਲ ਉਹ ਚੀਜ਼ ਉਹਨਾਂ ਆਲਰੇਡੀ ਪਹਿਲੇ ਪਤਾ ਪਤਾ ਹੋਵੇ ਹਰ ਚੀਜ਼ ਦਾ ਤਾਂ ਕਿ ਉੱਥੇ ਜਾ ਕੇ ਉਹਨਾਂ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਬਣੇ ਅੱਛਾ ਮੈਂ ਇੱਕ ਵੀਡੀਓ ਬਣਾਈ ਇਹ ਦੋ ਤਿੰਨ ਦਿਨ ਪਹਿਲੇ ਮੇਰੇ ਖਿਆਲ ਹਫ਼ਤੇ ਮੇਰੇ ਖਲ ਹੋ ਗਈ ਹੋਣਾ ਅਲਜਬਰੀ ਦੇ ਬਾਰੇ ਅਲਜਬਰੀ ਲੌਜਿਸਟਿਕ ਟ੍ਰਾਂਸਪੋਰਟ ਦੇ ਬਾਰੇ ਵਿੱਚ ਇੱਕ ਵੀਡੀਓ ਬਣਾਈ ਹੈ ਫਰੈਸ਼ ਟੈਵਰ ਵਾਸਤੇ ਰੇਟ ਤਬੂ ਹਾਈ ਆਈ ਉਹਦਾ ਵੀਜ਼ਾ ਦਾ ਲੇਕਿਨ ਇਹ ਹੈ ਕਿ ਜਿੰਨੇ ਬੰਦੇ ਜਾਣਾ ਲਾਹੋਂਦੇ ਨੇ ਉਹਨਾਂ ਬਾਈ ਉਹ ਆਲਰੇਡੀ ਵੀਜ਼ਾ ਲੈ ਲੈਣ ਮੇਰੇ ਖਿਆਲ ਵਿੱਚ ਡੀਲੀਗੇਸ਼ਨ ਕੰਪਲੀਟ ਹੋਇਆ ਪਿਆ ਹੋਣਾ ਹੁਣ ਸਿਰਫ ਉਹ ਹੀ ਹੈ ਕਿ ਵਗਰ ਕੋਈ ਮੈਡੀਕਲ ਜੇ ਫੇਲ ਹੋ ਵਈਆਂ ਜਾਂ ਕੋਈ ਉਹਦੇ ਕੋ ਮਸਲਾ ਹੋਰ ਕੋਈ ਬਣ ਵਈਆਂ ਕੋਈ ਕਿਸੇ ਕਿਸਮ ਦਾ ਉਹਦੀ ਸਲਾਹ ਨਹੀਂ ਬਣਦੀ ਯਾਰ ਤਨੇ ਪੈਸੇ ਕਿਤੋਂ ਭਰੀਏ ਤਾਂ ਉਹ ਆਲਬਾ ਤਾਂ ਆਫਰ ਹੋ ਸਕਦੇ ਕੋ ਮੇਰੇ ਵੀ ਉਹ ਮੇਰੇ ਖਿਆਲ ਉਹਦਾ ਰੇਟ ਦੀ ਗੱਲ ਹੀ ਮਹਿੰਗਾ ਹੋ ਰਹਿਣਾ ਦਿਨ ਬਦ ਦਿਨ ਕਿਉਂਕਿ ਜੇ ਵਡੀਆਂ ਕ ਕਿ ਕੁਲ ਆਲਰੇਡੀ ਬੰਦੇ ਇਹਨਾਂ ਨੂੰ ਪਤਾ ਹੁੰਦਾ ਜਿਹੜਾ ਬੰਦੇ ਕਾਫੀ ਦਿਨ ਤੋਂ ਸਰਚ ਕਰ ਰਹੇ ਨੇ YouTube ਤੇ ਯਾ Google ਤੇ ਸਰਚ ਕਰ ਰਹੇ ਨੇ ਪਤਾ ਹੁੰਦਾ ਕੰਪਨੀ ਕਿਹੜੀ ਹੈ ਕਿਹੜੀ ਨਹੀਂ ਹੈ ਲ logistic ਤੇ ਅੱਛਾ ਹੁਣ ਨਾ ਦੋ ਕੰਪਨੀ ਤੋਂ ਹੋਰ ਵੀ ਜ਼ਿਆ ਐਪ ਨੇ ਫਰੈਸ਼ ਡਰਾਈਵਰਾਂ ਵਾਸਤੇ ਇੱਕ ਦੇ ਵਿੱਚ 1200 ਰੁਪਏ ਸੈਲਰੀ ਪਲੱਸ ਟਿਪ ਸਿਸਟਮ ਹੈ ਨੇ ਔਰ ਇੱਕ ਦੇ ਵਿੱਚ 2000 ਰਿਆਲ ਬੇਸਿਕ ਸੈਲਰੀ ਪਲੱਸ ਓਵਰਟਾਈਮ ਹੈ ਜਿਹੜੀ ਓਵਰਟਾਈਮ ਵਾਲੀ ਕੰਪਨੀ ਨਾ ਮੈਨੂੰ ਬੜੀ ਅੱਛੀ ਲੱਗੀ ਹੈ ਉਸ ਦਾ ਰੋਡ ਦਾ ਕੰਮ ਹੈ ਔਰ ਉਸ ਤੇ ਡਿਊਟੀ ਸ਼ਡਿਊਲ ਮਨ ਬੜਾ ਪੈਰੋ ਲੱਗਿਆ ਕਿ ਤੇ ਡਿਊਟੀ ਦੀ ਹੈ 4 ਵਜੇ ਤੱਕ 4 ਤੋਂ ਬਾਅਦ ਤੁਸੀਂ ਜਨਾ 2 3 ਘੰਟੇ ਓਵਰਟਾਈਮ ਲਾ ਸਕਦੇ ਹੋ ਯਾਨੀ ਕਿ ਮਗਰਬ ਦੀ ਅਜ਼ਾਨ ਤੋਂ ਬਾਅਦ ਤੱਕ ਵੀ ਤੁਸੀਂ ਓਵਰਟਾਈਮ ਲਾ ਸਕਦੇ ਹੋ ਔਰ ਜੁਮਾ ਫੁੱਲ ਓਵਰਟਾਈਮ ਮੇਰੇ ਪਤਾ ਪਿਆ ਨਾ ਉਸ ਤੇ ਫੁੱਲ ਡੇ ਹੈ ਜੁਮੇ ਦੇ ਵਿੱਚ ਨਾ ਮੈਨੂੰ ਇੱਕ ਤੋਂ ਕੰਪਨੀ ਇਸ ਤੋਂ ਅੱਛੀ ਲੱਗੀ ਕਿ ਤੇ ਯਾਰ ਬੰਦਾ ਚਲਾਨ ਤੋਂ ਬਚਵੈਂਦਾ ਲਾਂਗ ਰੂਟ ਤੇ ਲੋਕੀ ਆਦਿ ਨੂੰ ਟ੍ਰਿਪਾਂ ਦੇ ਕੰਮ 'ਚ ਜਾਣਾ ਉਸ ਤੋਂ ਬੰਦਾ ਬਚਵੈਂਦਾ ਲਾਂਗ ਟ੍ਰਿਪ ਤੋਂ ਕੋਈ ਕੋਦੇ ਚਲਾਨ ਕਾਫੀ ਪੈਵੈਂਦੇ ਨੇ ਫਿਰ ਨਸ ਬਾਜ ਦੌੜ ਇੱਕ ਲੰਮਾ ਪ੍ਰ ਉਸ ਤੋਂ ਬਾਅਦ ਇੱਕ ਜੀ ਕੰਪਨੀ ਚ ਮੈਂ ਇਸ ਤੋਂ ਪਸੰਦ ਹੈ ਕਿ ਯਾਰ ਦੇਖੋ ਨਾ ਸੈਲਰੀ ਤੇ ਮੈਨੇ ਦੇ ਲੈਣੀ ਲੈਣੀ ਹੈ ਆਰਾਮ ਨਾਲ ਡਿਊਟੀ ਹੁੰਦੀ ਹੈ ਬਾਈ ਕਿਸ ਟਾਈਮ ਅਰੇਸਟ ਮਾਰ ਲਈ ਕਿਸ ਟਾਈਮ ਸੱਜੀ ਹੋ ਕੇ ਖੱਬੇ ਹੋ ਗਿਆ ਅੱਗੇ ਪਿੱਛੇ ਟਾਈਮ ਟੂ ਮ ਪੂਰਾ ਕਰਕੇ ਬਹੁਤ 2-3 ਘੰਟੇ ਹੋਰ ਟਾਈਮ ਮੇ ਲੱਗ ਜਾਂਦਾ ਜੁਮੇਂਦਰ ਦਿਨ ਵਿੱਚ ਲੱਗ ਜਾਂਦਾ ਹੈ ਠੀਕ ਹੋ ਗਿਆ ਹੋਰ ਜਿਹੜਾ ਸਵੇਰ ਕਦੀ ਕਦੀ ਟਾਈਮ ਨਾਲ ਉੱਠ ਕੇ ਜਾਣਾ ਪਉਂਦਾ ਕੋਈ ਐਸਾ ਪ੍ਰੋਜੈਕਟ ਹੁੰਦਾ ਜਿਹੜਾ ਸਵੇਰ ਟਾਈਮ ਨਾਲ ਉੱਠ ਕੇ ਜਾਓ ਜਿਹੜਾ 9-10 ਵਜੇ ਤੇ ਕੰਪਲੀਟ ਕਰਨਾ ਪਉਂਦਾ ਉਸ ਤੋਂ ਬਾਅਦ ਉਹ ਪੂਰਾ ਡੇ ਓਵਰ ਟਾਈਮ ਚ ਐਡ ਹੋ ਜਾਂਦਾ ਇਨੀਆਂ ਕੰਪਨੀ ਲਿਸੈਂਸ ਬਣਵਾ ਲੈਂਦੀਆਂ ਨੇ ਠੀਕ ਹੋ ਗਿਆ ਯਾਨੀ ਕਿ ਕਾਫੀ ਸਾਰੇ ਸਹੂਲਤਾਂ ਬਾੜਾ ਮੈਂਦੀਆਂ ਨੇ ਜੀ ਕੰਪਨੀ ਦੇ ਵਿੱਚ ਔਰ ਇਸ ਜਕਰ ਜਾਣਾ ਹੋਵੇ ਇਹਨਾਂ ਨੇ ਦੋ ਕੰਪਨੀ ਦੇ ਵਿੱਚ ਦੀ ਵੀਜ਼ਾ ਆਲਰੇਡੀ ਆਏ ਪੈਨੇ ਮੈਂ WhatsApp ਨੰਬਰ ਦਿੰਦਾ ਪਿਆ ਯਾਰ ਗੁਰੇਜ਼ ਕੀਤਾ ਕਰੋ ਨਾ ਵੀਰਾ ਨਹੀਂ ਜਾਣਾ ਉਹ ਨਾ ਮੈਂ ਪਿਛਲੀ ਵੀਡੀਓ ਚ ਆਖਿਆ ਯਾਰ ਟਾਈਮ ਨਾ ਜ਼ਾਇਆ ਕੀਤਾ ਕਰੋ ਇੱਕ ਦੂਸਰਾ ਇੱਕ ਚੀਜ਼ ਮੈਂ ਤੁਹਾਨੂੰ ਬਿਲਕੁਲ ਹੁਣ ਕਲੀਅਰ ਕਲੀਅਰ ਕਰ ਦਾਂ ਮੈਂ ਵੀਡੀਓ ਦੇ ਵਿੱਚ ਕਿ ਭਾਈ ਜਿਸ ਬੰਦੇ ਵੀ ਜਾਣਾ ਹੈ 10000 ਰੁਪਈਆ ਪਹਿਲੇ ਭਾਈ ਲੈ ਕੇ ਜਨਸੀ ਤੇ ਜਾਵੇ ਉਹ 10000 ਦੇਣਾ ਪੈਣਾ ਕਿਉਂਕਿ ਵਜ੍ਹਾ ਇਹ ਆਉਂਦੀ ਕਿ ਮੈਂ ਅਸ ਅਲਜਾਬਰੀ ਦੇ ਵਿੱਚ 9 ਬੰਦਿਆਂ ਦਾ ਈ ਨੰਬਰ ਈਸ਼ੂ ਕਰਾਇਆ ਈ ਨੰਬਰ ਈਸ਼ੂ ਕਰਾ ਕੇ ਉਹਨਾਂ ਦਾ ਮੈਡੀਕਲ ਕਰਵਾਇਆ ਮੈਡੀਕਲ ਕਰਵਾ ਕੇ ਜਦੋਂ ਮੈਂ ਮੈਂ ਕਿਹਾ ਮੈਂ ਖਬਈ ਲਾਹੌਰ ਜਾਵੋ ਆਪਣੇ ਕਾਗਜ਼ਾਂ ਯਕੀਨ ਮਨ ਨੂੰ 9 ਦੇ 9 ਬੰਦੇ ਹੈ ਸਲਾਹ ਹਾਰ ਗਈ ਕਿਤਨਾ ਨੁਕਸਾਨ ਹੋਇਆ 90000 ਰੁਪਈਆ ਦਾ ਲਿਆਜ਼ਾ ਭਾਈ ਜਿਸ ਬੰਦੇ ਵੀ ਜਾਣਾ ਹੈ 10000 ਰੁਪਈਆ ਚਾਹੇ ਉਹਨਾਂ ਦੇਵੇਂ ਜਾਂ ਚਾਹੇ ਮੈਨੂੰ ਟ੍ਰਾਂਸਫਰ ਕਰੇਨ ओ नहीं जाना भाई ई नंबर नहीं कढ़ा नहीं जाना अपने पैसे वापस लवो अगर जाना ई नंबर इशू करा लिया वत्सला प्रोग्राम रह गई है मैं नहीं जाना तो भाई वो दस हज़ार को नहीं मिलना क्योंकि मैं पहले इस तू वीडियो बना रही हाँ कि यार चल कोनी नहीं तो काफ़ी मस्किन लोग हैं यार किसी की मदद हो जाए है लेकिन इतने भाई मेरे ख्याल कोई मशीन नहीं है हर बंदा बी अपनी चाल के बचे हर बंदा अपने तरतीबे हर बंदा अपनी स्कीम के बचे एक गल दूसरा मैं नवे बंदे में एक होर मैं रिक्वेस्ट करता कि यार जो तो बहर लोगों को मशवर लेंद हो जो थोड़े संगी बैठे साउद अरब थोड़े को रिश्तेदार बैठा कि यार मैं उस मश यार उन्होंने मशवरे ना लै करो वो वजह यह होती कि तुम तो उन्हें मशवर को नहीं देना वो तो अपने काम ही सैट हैं वो तनखावं लै रहे हैं वो तो नहीं आख भाई कंपनी के हालात कोई नहीं सऊद अरब के हालात कोई नहीं तुम तो हेंज ना करो ये ना करो वो ना करो यार वीज़ा बड़ा महंगा है यार है लेकिन जो वीजे महंगे तो गल करो कि रियाल का रेट क्या चल रहा है इस टाइम यहाँ को पुछी करो ਰਿਆਲ ਦਾ ਰੇਟ ਕੀ ਚੱਲ ਰਿਹਾ ਜਦੋਂ ਮੈਨੂੰ ਜਦ ਵੀ ਯਾਦ ਹੈ ਮੈਂ 3300 ਰਿਆ ਉਦੋਂ 33 ਰੁਪਏ ਰਿਆਲ ਆ ਠੀਕ ਹੈ ਉਹਦਾ ਲੱਖ ਕਿੱਥੇ ਬਣਦਾ ਅੱਜ ਭਾਈ 62 ਰੁਪਏ 64 ਰੁਪਏ ਰਿਆਲ ਚੱਲ ਰਿਹਾ ਅੱਜ ਲੱਖ 16 70 ਰਿਆਲ ਦਾ ਬਣਦਾ ਪਿਆ ਠੀਕ ਹੈ ਜਿਸ ਬੰਦੇ ਦੀ 2000 ਬੇਸਿਕ ਸੈਲਰੀ ਹੋਵੇ ਬਿਲ ਫਰਜ਼ ਉਹ ਤੇ 1 ਲੱਖ 20000 50 ਤੋਂ ਦੀ ਬੇਸਿਕ ਸੈਲਰੀ ਬਣਦੀ ਪਈ ਚਾਹੇ ਉਹਨੂੰ ਬੁਖਾਰ ਹੈ ਚਾਹੇ ਉਹ ਕੰਮ ਹੈ ਨਹੀਂ ਹੈ ਉਹ ਤਾਂ ਸੈਲਰੀ ਬੇਨ ਮਿਲਣੀ ਮਿਲਣੀ ਹੈ ਲਿਆਜ਼ਾ ਭਾਈ ਉਹਨਾਂ ਕੋਲ مشورہ ਨਾ ਕੀਤਾ ਕਿ ਤੁਹਾਡੇ ਬਾਹਰ ਬੈਠੇ ਆਪਣੇ ਸਿਰ ਤੇ ਆਪ ਜਾਓ ਹਿੰਮਤ ਕਰੋ ਕੋਸ਼ਿਸ਼ ਕਰੋ ਆਪ 2 ਸਾਲ ਤੁਸੀਂ ਜਾ ਸੋਣਾ 2 ਸਾਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਵੈਸੀ ਇਹ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰਦਾ ਪਿਆ ਲਿਆਜ਼ ਇਹਨਾਂ ਦੋ ਕੰਪਨੀਆਂ ਦੇ ਵੀਜ਼ੇ ਆਏ ਪਏ ਨੇ ਭਾਈ ਜੀ ਨਾਲ ਅਪਲਾਈ ਕਰਨ ਨੂੰ ਕਰ ਲਵੋ ਬਾਕੀ ਰੇਟ ਵੀਜ਼ੇ ਦੇ ਭਾਈ ਸਾਡੀ ਆਪਣੀ ਪਾਕਿਸਤਾਨ ਦੀ ਕਰੰਸੀ ਦੇ ਰਿਲੇਟਡ ਹੁੰਦਾ ਪਿਆ ਅਪ ਡਾਊਨ ਸਾਡੀ ਮੁਲਕ ਦੀ ਕਰੰਸੀ ਬੂ ਡਾਊਨ ਹੋ ਗਈ ਭਾਈ साढ़ा मुल्क बहुत तले चला गया इस वस्ते चीज़ ना सोचो कि यार जहन जो गल कट दियो कि दो ढाई लाख रुपए का वीज़ा मिलवा असि अस्सी त्रै हज़ार पैंती सौ रुपये सैलरी कमा ला सब झूठ है भाई समझ आई कि नहीं है हाँ रिटर्न ड्राइवर दाल पता है कि कि त्रै भी तक त्रै त्रीह तक चला गया जो कि दो सत्तर दो अस्सी दो ਚਾਲੀ ਤੱਕ ਉਹ ਲਬਦਾ ਵੀਜ਼ਾ ਉਹਦੇ तकरीबन ਕੋਈ ਲੱਖ ਰੁਪਏ ਜਾਂ 80 900 ਦਾ ਡਿਫਰੈਂਟ ਹੋਇਆ ਕਿਉਂਕਿ ਥੋੜਾ ਰੇਟ ਦਾ ਹਾਈ ਹੋਇਆ ਬਾਕੀ ਜੇ ਫਰੈਸ਼ ਟਰੈਵਲਰ ਦਾ ਵੀਜ਼ਾ ਨਾ ਭਾਈ ਉਹ तकरीबन ਆਪਣੇ ਜ਼ਿਹਨ 'ਚ ਰੱਖੋ 4 80 90 ਤੋ ਲੈ ਕੇ 5 70 80 ਤੱਕ ਰੇਟ ਉਹ ਜ਼ਿਹਨ 'ਚ ਰੱਖ ਕੇ ਆਪਣਾ ਪੈਕੇਜ ਜਾਓ ਕੀ ਕੋਗੇ ਉਹਦੇ ਚ ਤੇ ਇਹ ਸੌਲਤ ਹੁੰਦੀ ਹੈ ਕਿ ਯਾਰ ਦੇਖੋ ਅਸੀਂ ਡਰਾਈਵਰ ਤਾਂ ਹੁੰਦੇ ਕੋਨਾ 99% ਫਰੈਸ਼ ਡਰਾਈਵਰ ਉਹਦੇ ਚ ਅਗਲੇ ਤੋਂ ਸੈਲਫ ਸਿਲੈਕਸ਼ਨ ਕਰਾਉਣਾ ਉਹਨਾਂ ਅਗਲਾ ਅਗਲਾ ਏਜੰਸੀਆਂ ਦਾ ਪ੍ਰੂਫ ਦੇਣਾ 사ऊदी ਇਹ ਕੰਪਨੀ ਵਾਲੇ ਨੂੰ ਕਿ ਭਾਈ ਸਾਡੇ ਕੋਲ ਬੜਾ ਜ਼ਬਰਦਸਤ ਡਰਾਈਵਰ ਹੈ ਭਾਈ ਅਸਤ ਹੁਣ ਗੱਡੀ ਨੂੰ ਲਾਹਾ ਕੇ ਉਸ ਨੂੰ ਦਾ ਇੰਟਰਵਿਊ ਦੇ ਬੰਦੇ ਪਿਆ ਤੁਹਾਡੇ ਵਾਸਤੇ ਸਭ ਤੋਂ ਪਹਿਲੇ ਤੇ ਕੰਪਨੀ ਵਾਲੇ ਏਜੰਸੀਆਂ ਲਈ ਤੋੜਨ ਦੀ ਤਰਤੀਬ ਕਰ ਦੇਣ ਕਿ ਕਿਸ ਤਰੀਕੇ ਨਾਲ ਫਰੈਸ਼ ਬੰਦਾ ਟੱਪ ਜਾਵੇਗਾ ਬਹਰ সৌদি ਅਰਬ ਦੇ ਵਿੱਚ সৌদি ਅਰਬ ਵਿੱਚ ਜੇ ਬੰਦਾ ਪਹੁੰਚ ਜਾਂਦਾ ਭਾਈ ਕੋਈ ਮੁਸ਼ਕਲ ਕੰਮ ਕੋਈ ਨਹੀਂ ਹੈ ਸਭ ਤੋਂ ਆਸਾਨ ਕੰਮ ਹੈ ਡਰਾਈਵਿੰਗ ਉਹ ਕੋਈ ਨਹੀਂ ਯਾਰ ਦੋ ਤਰਾ ਦੇ ਬੰਦੇ ਦਾ ਐਕਸਪੀਰੀਅੰਸ ਹੋ ਜਾਂਦਾ ਤੇ ਕੰਪਨੀ ਦੀਆਂ ਗੱਡੀਆਂ ਵਧੀਆਂ ਹੁੰਦੀਆਂ ਹਨ ਆਹ ਬੰਦਾ ਸਿੱਧੇ ਕਰ ਲੈਂਦਾ ਹਰ ਜਿਹੜਾ ਬੰਦਾ ਭੈੜਾ ਵੀ ਨਹੀਂ ਹੁੰਦਾ ਠੀਕ ਹੈ ਕੋਈ ਨਾ ਕੋਈ ਸੋਚ ਵੀ ਕੋਈ ਦੋ ਤਰਾ ਬੰਦਾ ਚੰਗੇ ਲੱਭ ਵੀ ਪੈਣੇ ਬਾਹਰ ਵੀ ਲਗਾ ਕੋਸ਼ਿਸ਼ ਕਰੋ ਅਗਰ ਜਾਣਾ ਹੈ ਤਾਂ ਉੱਚਾ ਜਿਹੜੇ ਬਿਰਾਹ ਮੇਰੇ ਕੋਲ ਸਿਰਫ WhatsApp ਤੇ ਸਰਵੇਪ ਚਿੱਤਰ ਆਉਂਦੇ ਨੇ ਕਿ ਭਾਈ ਖਰਚਾ ਕਿਤਨਾ ਹੈ ਤੁਸੀਂ ਸੋਚ ਕੇ ਤੁਹਾਨੂੰ ਸ਼ਾਮਾ ਟਰਮ ਦੱਸਣਾ ਹੈ ਉਹ ਮਿਹਰਬਾਨੀ ਕਿਤੇ ਗੁਰੀਜ਼ ਨਾ ਕੀਤਾ ਕਰ ਉਹ ਗੁਰੀਜ਼ ਕਰੋ ਮੇਰੇ ਕੋਲ ਰੇਟ ਮੈਂ ਇਸ ਤੋਂ ਮੈਂਸ਼ਨ ਨਾ ਕਰਦਾ ਕਿ ਯਾਰ ਨਾ ਮੇਰੀ আচ্ছা ਇੱਕ ਹੋਰ ਵੀ ਮੈਂ ਤੁਹਾਨੂੰ ਦੱਸ ਦੇਣਾ ਗੱਲ ਇਹ ਜਦੋਂ ਕਾਗਜ਼ ਜਮ ਹੋਵੰਦੇ ਨਾ ਅੰਬੈਸੀ ਏਜੰਸੀ ਦੇ ਕੋਲ ਪ੍ਰੋਟੈਕਟਰ ਇਹ ਨੰਬਰ ਹੋਵੰਦਾ ਵਾਤ ਸਾਰਾ ਕੁਝ ਹੋ ਜਾਂਦਾ ਵੀਜ਼ਾ ਲੱਗ ਤੇ ਆ ਬੰਦਾ ਮੁਰ ਜਨਬ ਕੇ ਬਿਲ ਫਰਜ਼ 5 ਲੱਖ ਰੁਪਏ ਰਹਿਟੇ ਜਦੋਂ ਮੈਂ ਆਪਣਾ ਰੈਫਰੈਂਸ ਕਰਦਾ ਮੈਂ ਕੋਸ਼ਿਸ਼ ਕਰਦਾ 15 20 ਹਜ਼ਾਰ ਰੁਪਏ ਚ ਘਟ ਕਰਾਉਣ ਦੀ 3 ਵੀ ਕਰਵਾ ਲਾ 15 ਕਰਾ ਲਾ 10 ਕਰਾ ਲਾ ਮੈਂ ਇਤਨਾ ਕਰਵਾ ਲਾ ਜਿਹੜੇ ਕਿਰਾਏ ਨਹੀਂ ਲੱਗੇ ਉਹ ਦੇ ਘਟ ਹੋ ਵੈਸੇ ਇਹ ਟੈਂਸ਼ਨ ਨਾ ਲਈ ਕਰੋ ਯਾਰ ਇਸ ਚੀਜ਼ ਨੂੰ ਮੈਂ ਕਈ ਦਫਾ ਆਖ ਚੁੱਕਿਆ ਉਹਨਾਂ ਪਹਿਲੇ ਵੀ ਤੇ ਬਾਕੀ ਇਨਸ਼ਾਅੱਲਾ ਨੈਕਸਟ ਵੀਡੀਓ ਮੁਲਾਕਾਤ ਹੁੰਦੀ ਤੁਹਾਡੇ ਨਾਲ ਖੈਰ ਹੋਸੀ ਇਨਸ਼ਾਅੱਲਾ ਅੱਲਾ ਹਾਫਿਜ਼